ਸਤਿ ਸ਼੍ਰੀ ਅਕਾਲ ਜੀ, ਮੈਂ ਈਸ਼ਾ ਸ਼ਰਮਾ, ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਪੀਐਮ ਦੇ ਅਹੁਦੇ ਤੋਂ ਵਿੱਤੀ ਸ਼ਾਮ ਹੈ ਜਿਹੜੀ ਕਿ ਸੌਂ ਚੁੱਕੀ, ਤਾਂ ਉੱਥੇ ਦੂਜੇ ਪਾਸੇ ਪੰਜਾਬ ਦੇ ਵਿੱਚੋਂ ਵੀ ਕੈਬਨਿਟ ਮੰਤਰੀ ਦੇ ਅਹੁਦੇ ਵਜੋਂ ਸੌਂ ਚੁੱਕੀ ਰਵਨੀਤ ਬਿੱਟੂ ਨੇ। ਤਾਂ ਜਿਵੇਂ ਹੀ ਰਵਨੀਤ ਬਿੱਟੂ ਦੇ ਵੱਲੋਂ ਸੌਂ ਚੁੱਕੀ ਜਾਂਦੀ ਹੈ ਤਾਂ ਚਾਰੇ ਪਾਸੇ ਚਰਚਾ ਛਿੜ ਜਾਂਦੀ ਹੈ ਕਿ ਰਵਨੀਤ ਬਿੱਟੂ ਜਦ ਕਿ ਲੋਕ ਸਭਾ ਦੀ ਚੋਣ ਹਾਰ ਚੁੱਕੇ ਨੇ, ਹਾਰਨ ਦੇ ਬਾਵਜੂਦ ਵੀ ਉਹਨਾਂ ਨੂੰ ਕੇਂਦਰੀ ਮੰਤਰੀ ਦੇ ਵਿੱਚ ਸ਼ਾਮਿਲ ਕੀਤਾ ਗਿਆ। ਸੋ ਇਸ ਸਭ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਫੋਨ ਲਾਈਨ ਤੇ ਜੁੜ ਚੁੱਕੇ ਨੇ, ਗੁਰਮੁਖ ਸਿੰਘ ਰੁਪਾਣਾ ਜੀ। ਰੁਪਾਣਾ ਸਰ ਜੀ, ਕੀ ਕਹਿਣਾ ਚਾਹੋਗੇ, ਜੋ ਚਰਚਾ ਛਿੜੀ ਹੋਈ ਆ, ਵੱਡੇ ਸਵਾਲ ਨੇ ਖੜੇ ਹੋ ਰਹੇ ਨੇ ਕਿ ਰਵਨੀਤ ਬਿੱਟੂ ਨੂੰ ਹਾਰਨ ਦੇ ਬਾਵਜੂਦ ਵੀ ਕੇਂਦਰੀ ਮੰਤਰੀ ਦੇ ਵਿੱਚ ਕਿਉਂ ਸ਼ਾਮਿਲ ਕੀਤਾ ਗਿਆ? ਜੀ ਇਸ਼ਾ, ਗੱਲ ਇਹ ਹੈ ਕਿ ਇਹ ਕੋਈ ਵੱਡਾ ਸਵਾਲ ਨਹੀਂ ਹੈਗਾ ਕਿ ਉਹਨਾਂ ਨੂੰ ਕਿਉਂ ਬਣਾਇਆ ਗਿਆ, ਕਿਉਂਕਿ ਹਾਰਨ ਤੋਂ ਬਾਅਦ, ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਨੇ ਕਈ ਵਾਰ ਪੰਜਾਬ ਦੇ ਵਿੱਚ ਅਜਿਹੇ ਚਿਹਰੇ ਨੇ ਜਿਨ੍ਹਾਂ ਨੂੰ ਹਾਰਨ ਦੇ ਬਾਵਜੂਦ ਕੇਂਦਰ ਦੇ ਵਿੱਚ ਰਾਜ ਸਭਾ ਚ ਲਿਜਾ ਕੇ ਜਿਹੜਾ ਮੰਤਰੀ ਬਣਾਇਆ ਗਿਆ, ਤੇ ਉਹਨਾਂ ਦੇ ਵਿੱਚ ਅਜਿਹੇ ਚਿਹਰੇ ਨੇ ਜਿਹਦੇ ਵਿੱਚ ਅਰੁਣ ਜੇਤਲੀ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਹਰਾਇਆ ਸੀਗਾ ਤਾਂ ਉਹਨਾਂ ਨੂੰ ਵੀ ਬਣਾਇਆ ਗਿਆ ਸੀਗਾ, ਜਦਕਿ ਉਸ ਤੋਂ ਇਲਾਵਾ ਹਰਦੀਪ ਪੁਰੀ ਉਹ ਵੀ ਜਦੋਂ ਹਾਰੇ ਸੀ ਤੇ ਉਹਨਾਂ ਨੂੰ ਵੀ ਸੈਂਟਰਲ ਜਾ ਕੇ ਜਦੋਂ ਉੱਥੇ ਮੰਤਰੀ ਬਣਾ ਦਿੱਤਾ ਗਿਆ ਸੀਗਾ। ਜੇਕਰ ਗੱਲ ਰਵਨੀਤ ਬਿੱਟੂ ਦੀ ਗੱਲ ਕਰੀਏ ਤਾਂ ਇਸ ਵਾਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲੀ। ਬੇਸ਼ੱਕ ਉਹਨਾਂ ਦਾ ਜਿਹੜਾ ਵੋਟ ਸ਼ੇਅਰ ਉਹ ਡਬਲ ਹੋ ਗਿਆ, ਪਹਿਲਾਂ 9-10 ਸੀਗਾ, ਹੁਣ ਉਹਨਾਂ ਦਾ ਜਿਹੜਾ 17-18% ਦੇ ਵਿੱਚ ਪਹੁੰਚ ਗਿਆ, ਪਰ ਸੀਟ ਇੱਕ ਨਹੀਂ ਮਿਲੀ। ਇਸ਼ਾ, ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਚਾਹੁੰਦੀ ਹੈ ਕਿ 2017 ਦੀ ਜ਼ਮੀਨ ਤਿਆਰ, ਸੋਰੀ 2027 ਦੀ ਜ਼ਮੀਨ ਤਿਆਰ ਕੀਤੀ ਜਾਵੇ। 2027 ਵਿਧਾਨ ਸਭਾ ਚੋਣਾਂ ਹੋਣੀਆਂ ਨੇ, ਬੀਜੇਪੀ ਇਕੱਲਿਆਂ ਚੋਣ ਲੜਨਾ ਚਾਹੁੰਦੀ ਹੈ। ਦੂਜੀ ਗੱਲ ਇਹ ਵੀ ਹੈ ਕਿ ਜਿਹੜਾ ਰਵਨੀਤ ਬਿੱਟੂ ਹੈ ਇੱਕ ਅਜਿਹੇ ਪਰਿਵਾਰ ਨਾਲ ਸੰਬੰਧ ਰੱਖਦਾ ਜਿਹਦਾ ਪੂਰੇ ਦੇਸ਼ ਦੇ ਵਿੱਚ ਜਿਹੜਾ ਉਸ ਪਰਿਵਾਰ ਦਾ ਨਾਮ ਆ, ਮਰਹੂਮ ਬੇਅੰਤ ਸਿੰਘ ਪਰਿਵਾਰ ਜਿਹੜਾ, ਤੇ ਬੇਸ਼ੱਕ ਕਾਂਗਰਸ ਪਾਰਟੀ ਨੇ ਵੀ ਉਹਨਾਂ ਨੂੰ ਕਾਫੀ ਕੁਝ ਦਿੱਤਾ, ਮੰਤਰੀ ਬਣਾਏ, ਚੇਅਰਮੈਨ ਬਣਾਏ, MLA ਬਣਾਏ, ਪਰ ਠੀਕ ਹੈ ਕਿ ਕੁਝ ਦੇਰ ਪਹਿਲਾਂ ਰਵਨੀਤ ਬਿੱਟੂ ਬੀਜੇਪੀ ਚਲਾ ਗਿਆ, ਪਰ ਹੁਣ ਰਵਨੀਤ ਸਿੰਘ ਬਿੱਟੂ ਇੱਕ ਜੱਟ ਸਿੱਖ ਚਿਹਰਾ ਹੈ। ਪੰਜਾਬ ਦੇ ਵਿੱਚ ਕਿਸਾਨਾਂ ਦਾ ਕਾਫੀ ਜਿਹੜਾ ਵਿਰੋਧ ਝੱਲਣਾ ਪੈ ਰਿਹਾ ਭਾਰਤੀ ਜਨਤਾ ਪਾਰਟੀ ਨੂੰ, ਉਸ ਨੂੰ ਦੇਖਦੇ ਹੋਏ ਬੀਜੇਪੀ ਨੂੰ ਪੰਜਾਬ ਦੇ ਵਿੱਚ ਇੱਕ ਜੱਟ ਸਿੱਖ ਚਿਹਰੇ ਦੀ ਲੋੜ ਸੀ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਵੀ ਬੀਜੇਪੀ ਦੇ ਨਾਲ ਹੈ, ਬਿਲਕੁਲ, ਹੁਣ ਕੈਪਟਨ ਅਮਰਿੰਦਰ ਸਿੰਘ ਉਸ ਤਰ੍ਹਾਂ ਧੂੰਆਂਧਾਰ ਪ੍ਰਚਾਰ ਨਹੀਂ ਕਰ ਸਕਦੇ ਜਿਸ ਤਰ੍ਹਾਂ ਬੀਜੇਪੀ ਚਾਹੁੰਦੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਜੇਕਰ ਆਪਾਂ ਉਮਰ ਦੇ ਤਕਾਜੇ ਦੀ ਗੱਲ ਕਰੀਏ ਤਾਂ ਉਮਰ ਦੇ ਲਿਹਾਜ਼ ਦੇ ਨਾਲ ਉਹ ਪਹਿਲਾਂ ਉਹ ਪ੍ਰਚਾਰ ਨਹੀਂ ਕਰ ਸਕਦੇ। ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਚਾਹੁੰਦੀ ਹੈ ਕਿ ਰਵਨੀਤ ਸਿੰਘ ਬਿੱਟੂ ਇੱਕ ਨੌਜਵਾਨ ਚਿਹਰਾ ਨੇ ਤੇ ਉਹ ਰਾਜਨੀਤੀ ਚ ਕਾਫੀ ਅੱਛੀ ਪਕੜ ਰੱਖਦੇ ਨੇ ਤੇ ਇੱਕ ਅਜਿਹੇ ਪਰਿਵਾਰ ਚੋਂ ਨੇ ਜਿਨ੍ਹਾਂ ਨੂੰ ਪੂਰੇ ਦੇਸ਼ ਦੇ ਵਿੱਚ ਜਿਹੜੇ ਲੋਕ ਨੇ ਜਾਣਦੇ ਨੇ, ਇਸ ਕਰਕੇ ਰਵਨੀਤ ਸਿੰਘ ਬਿੱਟੂ ਨੂੰ ਜਿਹੜਾ ਹੈਗਾ ਮੰਤਰੀ ਸ਼ਿਮਲੇ ਵਿੱਚ ਲਿਆ ਗਿਆ। ਜੀ ਸ਼ਾਹ, ਤੇ ਕੀ ਲੱਗਦਾ ਹੈ ਰੁਪਾਣਾ ਸਰ ਜੀ, ਕੀ ਹੁਣ ਜ਼ਿੰਮੇਵਾਰੀ ਦਿੱਤੀ ਜਾਊਗੀ ਰਵਨੀਤ ਬਿੱਟੂ ਦੇ ਮੋਢਿਆਂ ਤੇ, ਹੁਣ ਕਿਹੜੀ ਜ਼ਿੰਮੇਵਾਰੀ ਦਿੱਤੀ ਜਾਊਗੀ ਬੀਜੇਪੀ ਦੇ ਵੱਲੋਂ? ਇਸ਼ਾ, ਗੱਲ ਇਹ ਹੈ ਕਿ ਰਵਨੀਤ ਬਿੱਟੂ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ, ਕਿਉਂਕਿ ਇੱਕ ਹੁੰਦਾ ਕੈਬਨਿਟ ਮੰਤਰੀ, ਇੱਕ ਹੁੰਦਾ ਰਾਜ ਮੰਤਰੀ। ਰਵਨੀਤ ਬਿੱਟੂ ਨੂੰ ਸਟਾਰ ਲਾ ਦਿੱਤੇ ਗਏ ਨੇ ਜ਼ਰੂਰ, ਪਰ ਉਹ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ। ਹੁਣ ਵਿਭਾਗ ਕਿਹੜਾ ਦਿੱਤਾ ਗਿਆ ਸ਼ਾਮ ਤੱਕ ਪਤਾ ਲੱਗ ਜਾਏਗਾ, ਸ਼ਾਮ ਤੱਕ ਜਿਹੜੇ ਸਾਰੇ ਮੰਤਰੀਆਂ ਨੂੰ ਵਿਭਾਗ ਬਣ ਦਿੱਤੇ ਜਾਣਗੇ, ਪਰ ਹੁਣ ਉਹਨਾਂ ਨੂੰ ਰਾਜ ਸਭਾ ਕਿੱਥੋਂ ਦਿੱਤੀ ਜਾਏਗੀ? ਇਹ ਵੀ ਜੋ ਕਿ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਿਰਕਾਰ ਰਵਨੀਤ ਬਿੱਟੂ ਨੂੰ ਕਿਸ ਖੇਤਰ ਲਈ ਜੋ ਕਿ ਰਾਜ ਸਭਾ ਦੇ ਵਿੱਚ ਭੇਜਿਆ ਜਾਵੇਗਾ। ਬਿਲਕੁਲ, ਜਿਸ ਤਰ੍ਹਾਂ ਹਰਦੀਪ ਪੁਰੀ ਦੀ ਗੱਲ ਕਰੀਏ, ਹਰਦੀਪ ਪੁਰੀ ਜਦੋਂ ਹਾਰ ਕੇ ਪੰਜਾਬ ਚੋਂ ਗਏ ਸੀ ਤਾਂ ਹਰਦੀਪ ਪੁਰੀ ਨੂੰ ਯੂਪੀ ਤੋਂ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ, ਤਾਂ ਹੁਣ ਹਰਦੀਪ ਪੁਰੀ ਨੂੰ ਦੁਬਾਰਾ ਫਿਰ ਰਿਪੀਟ ਕਰ ਦਿੱਤਾ ਗਿਆ। ਜਿਹੜੀ ਮੋਦੀ ਕੈਬਨਿਟ ਹੈ 3 ਹੈ ਉਹਦੇ ਵਿੱਚ ਇਸ ਸਮੇਂ 2 ਸਿੱਖ ਚਿਹਰੇ ਜਿਹੜੇ ਸ਼ਾਮਿਲ ਕੀਤੇ ਨੇ, ਹਰਦੀਪ ਸਿੰਘ ਪੁਰੀ ਰਿਪੀਟ ਕੀਤੇ ਗਏ ਨੇ ਤੇ ਰਵਨੀਤ ਸਿੰਘ ਬਿੱਟੂ ਨੂੰ ਨਵਾਂ ਜਿਹੜਾ ਉਹਦੇ ਸ਼ਾਮਿਲ ਕੀਤਾ ਗਿਆ। ਹੁਣ ਰਵਨੀਤ ਸਿੰਘ ਬਿੱਟੂ ਨੂੰ ਕਿੱਥੋਂ ਰਾਜ ਸਭਾ ਮੈਂਬਰ ਬਣਾਇਆ ਜਾਂਦਾ, ਕਿਉਂਕਿ ਹੋਰ ਵੀ ਕਈ ਸਟੇਟਾਂ ਦੇ ਵਿੱਚ ਇਸ ਸਮੇਂ ਬੀਜੇਪੀ ਦੀ ਸਰਕਾਰ ਹੈ,
ਉੱਥੋਂ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਜਾ ਸਕਦਾ। ਤਾਂ ਜਿਹੜੀ ਉਹਨਾਂ ਦੇ ਵਿਭਾਗ ਦੀ ਗੱਲ ਹੈ, ਕਿਹੜਾ ਉਹਨਾਂ ਨੂੰ ਭਾਗ ਐਲੋਕੇਟ ਦਿੱਤਾ ਕਿਰਤ ਕੀਤਾ ਜਾਏਗਾ, ਉਹ ਸ਼ਾਮ ਤੱਕ ਪਤਾ ਲੱਗ ਜਾਏ। ਜੀ ਸ਼ਾਹ, ਪਰ ਉੱਥੇ ਕਿਤੇ ਨਾ ਕਿਤੇ ਜੇਕਰ ਦੇਖਿਆ ਜਾਵੇ ਅਮਿਤ ਸ਼ਾਹ ਨੇ ਆਪਣੇ ਬੋਲ ਪੁਗਾਏ ਨੇ, ਕਿਉਂਕਿ ਜਿਵੇਂ ਅਮਿਤ ਸ਼ਾਹ ਦੇ ਵੱਲੋਂ ਰੋਡ ਸ਼ੋਅ ਕੀਤਾ ਜਾਂਦਾ ਹੈ, ਚੋਣ ਪ੍ਰਚਾਰ ਕੀਤਾ ਜਾਂਦਾ ਹੈ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ, ਤਾਂ ਕਿਹਾ ਜਾਂਦਾ ਹੈ ਲੋਕਾਂ ਨੂੰ ਕਿ ਜਿੱਤੇ ਭਾਵੇਂ ਹਾਰੇ ਪਰ ਇਹਨਾਂ ਨੂੰ ਅਹੁਦਾ ਜ਼ਰੂਰ ਦਿੱਤਾ ਜਾਵੇਗਾ। ਹਾਂ, ਤੇ ਬਿਲਕੁਲ ਗੱਲ ਇਹ ਹੈ ਕਿ ਜਦੋਂ ਅਮਿਤ ਸ਼ਾਹ ਪੰਜਾਬ ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਇੱਕ ਰੈਲੀ ਦੌਰਾਨ ਇਹ ਗੱਲ ਕਹੀ ਸੀ ਕਿ ਤੁਸੀਂ ਇਹਨਾਂ ਨੂੰ ਜਿਤਾ ਕੇ ਭੇਜੋ, ਇਹਨਾਂ ਨੂੰ ਵੱਡਾ ਬਣਾਉਣ ਦੀ ਜ਼ਿੰਮੇਵਾਰੀ ਮੇਰੀ ਹੈ। ਤਾਂ ਕਿਤੇ ਨਾ ਕਿਤੇ ਉਹ ਅਮਿਤ ਸ਼ਾਹ ਨੇ ਇਹ ਗੱਲ ਜਿਹੜੀ ਹੈਗੀ ਆਪਣੀ ਉਹ ਕਰਨੀ ਤੇ ਕਹਿਣੀ ਦੇ ਪੱਕੇ ਰਹੇ ਨੇ, ਪਰ ਦੂਜੇ ਪਾਸੇ ਇੱਕ ਇਹ ਵੀ ਨੈਗੇਟਿਵ ਪੁਆਇੰਟ ਇਹ ਹੈਗਾ ਕਿ ਪਾਰਟੀ ਦਾ ਜਿਹੜਾ ਪੁਰਾਣਾ ਕੇਡਰ ਹੈ, ਠੀਕ ਹੈ, ਪਾਰਟੀ ਦਾ ਜਿਹੜਾ ਪੁਰਾਣਾ ਕੇਡਰ ਹੈ, ਉਹ ਕਿਤੇ ਨਾ ਕਿਤੇ ਇਸਦਾ ਵਿਰੋਧ ਅੰਦਰੂਨੀ ਤੌਰ ਤੇ ਕੋਈ ਸਾਹਮਣੇ ਕੋਈ ਵਿਰੋਧ ਨਹੀਂ ਕਰੇਗਾ, ਪਰ ਅੰਦਰੂਨੀ ਤੌਰ ਤੇ ਕਿਤੇ ਨਾ ਕਿਤੇ ਵਿਰੋਧ ਕਰਦਾ ਨਜ਼ਰ ਆਏਗਾ। ਕਿਉਂਕਿ ਹੁਣ ਦੂਜੀ ਗੱਲ ਕਰੀਏ ਕਿ ਪਟਿਆਲਾ ਦੇ ਵਿੱਚੋਂ ਵੀ ਪ੍ਰਨੀਤ ਕੌਰ ਬਿਲਕੁਲ ਕਾਫੀ ਦੇਰ ਪਹਿਲਾਂ ਕਾਂਗਰਸ ਛੱਡ ਕੇ 2022 ਦੇ ਵਿੱਚ ਜਿਵੇਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦਾ ਹੱਥ ਛੱਡ ਜਾਂਦੇ ਨੇ, ਤਾਂ ਹੁਣ ਬੀਜੇਪੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਮਹਾਰਾਣੀ ਪ੍ਰਨੀਤ ਕੌਰ, ਤਾਂ ਕਿਤੇ ਨਾ ਕਿਤੇ ਇਹ ਵੀ ਲੱਗਦਾ ਸੀ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਚੁਣਨਾ ਚਾਹੀਦਾ ਸੀ। ਨਹੀਂ, ਬਿਲਕੁਲ ਗੱਲ ਇਹ ਹੈ ਕਿ ਗੱਲ ਪਹਿਲਾਂ ਚੱਲ ਰਹੀ ਸੀ, ਚਰਚਾ ਇਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿਤੇ ਨਾ ਕਿਤੇ ਰਾਜਪਾਲ ਬਣਾਇਆ ਜਾਏਗਾ, ਗਵਰਨਰ ਬਣਾਇਆ ਜਾਏਗਾ। ਕਾਫੀ ਦੇਰ ਚਰਚਾ ਵੀ ਰਹੀ ਕਿ ਵੱਡਾ ਅਹੁਦਾ ਦਿੱਤਾ ਜਾ ਰਿਹਾ, ਵੱਡਾ ਅਹੁਦਾ ਦੇ ਕੇ ਨਵਾਜਿਆ ਜਾਏਗਾ, ਪਰ ਉਹ ਨਹੀਂ ਹੋਇਆ। ਪ੍ਰਨੀਤ ਕੌਰ ਕੁਝ ਦੇਰ ਪਹਿਲਾਂ ਸ਼ਾਮਲ ਹੋਏ, ਉਹਨਾਂ ਨੂੰ ਟਿਕਟ ਦਿੱਤੀ ਗਈ, ਉਹ ਹਾਰ ਗਏ, ਪਰ ਹੁਣ ਉਹਨਾਂ ਨੂੰ ਕੈਬਨਿਟ ਵਿੱਚ ਨਹੀਂ ਲਿਆ ਗਿਆ। ਤਾਂ ਹੋ ਸਕਦਾ ਕਿ ਕੁਝ ਦੇਰ ਬਾਅਦ ਦੁਬਾਰਾ ਇਹਦੇ ਦਾ ਕੋਈ ਸਨਿਓਰੀਓ ਬਣੇ, ਜਾਂ ਉਹਨਾਂ ਨੂੰ ਕਿਸੇ ਚੇਅਰਮੈਨ ਲਗਾਇਆ ਜਾਵੇ, ਜਾਂ ਉਹਨਾਂ ਨੂੰ ਕਿਤੇ ਕਿਸੇ ਹੋਰ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ ਜਾਵੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਪ੍ਰਨੀਤ ਕੌਰ ਫਿਲਹਾਲ ਮੋਦੀ ਕੈਬਨਿਟ ਤੋਂ ਦੂਰ ਰਹੇ ਨੇ, ਉਹਨਾਂ ਨੂੰ ਦੂਰ ਰੱਖਿਆ ਗਿਆ, ਤੇ ਪੰਜਾਬ ਦੇ ਵਿੱਚ ਕੋਈ ਵੀ ਜਿਹੜੀ ਬੀਜੇਪੀ ਟਕਸਾਲੀ ਜਿਹੜੇ ਚਿਹਰੇ ਨੇ ਉਹਨਾਂ ਦੇ ਵਿੱਚੋਂ ਵੀ ਅਜੇ ਤੱਕ ਕਿਸੇ ਨਾਲ ਨਹੀਂ ਲਿਆ ਗਿਆ। ਜੀ ਸ਼ਾਹ, ਤੇ ਉਧਰ ਦੂਜੇ ਪਾਸੇ ਰਵਨੀਤ ਬਿੱਟੂ ਦੀ ਮਾਤਾ ਦਾ ਵੀ ਵੱਡਾ ਬਿਆਨ ਸਾਹਮਣੇ ਆਉਂਦਾ ਹੈ ਕਿ ਉਹਨਾਂ ਨੇ ਪਰਮਾਤਮਾ ਦਾ ਵੀ ਸ਼ੁਕਰਾਨਾ ਕੀਤਾ, ਤੇ ਨਾਲ ਇਹ ਵੀ ਗੱਲ ਆਖੀ ਹੈ ਕਿ ਜੋ ਕਿ ਸਾਡੀ ਸੋਚ ਹੈ ਉਹ ਕੋਠੀਆਂ ਕਾਰਾਂ ਬਣਾਉਣ ਦੀ ਨਹੀਂ, ਤਾਂ ਲੋਕਾਂ ਦੀ ਸੇਵਾ ਕਰਨ ਦੀ ਸਾਡੀ ਸੋਚ ਹੈ, ਤਾਂ ਇਸ ਦੇ ਜ਼ਰੀਏ ਹੀ ਰਵਨੀਤ ਬਿੱਟੂ ਜਿਹੜੇ ਕਿ ਬੀਜੇਪੀ ਦੇ ਵਿੱਚ ਸ਼ਾਮਿਲ ਹੁੰਦੇ ਨੇ। ਨਹੀਂ, ਇਸ਼ਾ ਇੱਦਾਂ ਹੈਗਾ ਕਿ ਉਹਨਾਂ ਦੇ ਮਾਤਾ ਦਾ ਇਹ ਗੱਲ ਕਹਿਣਾ ਹੈ ਕਿ ਰਵਨੀਤ ਬਿੱਟੂ ਨੇ ਕਾਫੀ ਦੇਰ ਪਹਿਲਾਂ ਕਿਹਾ ਸੀਗਾ ਉਹਨਾਂ ਨੇ ਕਿ ਮੈਂ ਆਪਣੇ ਦਾਦੇ ਵਾਂਗ ਮੁੱਖ ਮੰਤਰੀ ਬਣਾਂਗਾ ਇੱਕ ਦਿਨ। ਤਾਂ ਉਹਨਾਂ ਨੇ ਕਿਹਾ ਕਿ ਉਹ ਇੱਕ ਇਹਨਾਂ ਦੀ ਪਹਿਲੀ ਪੌੜੀ ਹੈ, ਕੈਬਨਿਟ ਵਿੱਚ ਮੰਤਰੀ ਬਣੇ ਨੇ, ਕੇਂਦਰ ਦੇ ਵਿੱਚ ਮੰਤਰੀ ਬਣ ਗਏ, ਹੁਣ ਇਸ ਤੋਂ ਅਗਲਾ ਨਿਸ਼ਾਨਾ ਉਹਨਾਂ ਦਾ ਪੰਜਾਬ ਕਹਿਣਾ, ਉਹਨਾਂ ਦਾ ਕਹਿਣਾ ਹੈ ਕਿ ਅਗਲਾ ਨਿਸ਼ਾਨਾ ਤਾਂ ਹੁਣ ਮੁੱਖ ਮੰਤਰੀ ਹੋਏਗਾ। ਤਾਂ ਹੋ ਸਕਦਾ 2027 ਦੇ ਵਿੱਚ ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਬਣਾ ਦੇਣ ਪੰਜਾਬ ਦੇ ਵਿੱਚ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਜੀ। ਯਾਨੀ ਕਿ ਉਹ ਪਹਿਲੀ ਪੌੜੀ ਜਿਹੜੀ ਕਿ ਉਹ ਚੜ ਚੁੱਕੇ ਨੇ। ਬਿਲਕੁਲ ਬਿਲਕੁਲ ਬਿਲਕੁਲ, ਉਹਨਾਂ ਦਾ ਕਹਿਣਾ ਕਿ ਪਹਿਲੀ ਪੌੜੀ ਉਹਨਾਂ ਨੇ ਚੜ ਗਏ ਨੇ, ਤੇ ਅਗਲੇ ਜਿਹੜਾ ਨਿਸ਼ਾਨਾ ਉਹਨਾਂ ਦਾ ਉਹ ਮੁੱਖ ਮੰਤਰੀ ਪੰਜਾਬ ਦਾ ਉਹਦਾ ਹੋਏਗਾ। ਬਹੁਤ ਬਹੁਤ ਸ਼ੁਕਰੀਆ ਗੁਰਮੁਖ ਸਿੰਘ ਰੁਪਾਣਾ ਜੀ ਤਮਾਮ ਜਾਣਕਾਰੀ ਦੇਣ ਦੇ ਲਈ। ਸੋ ਜਿਵੇਂ ਹੀ ਕੈਬਨਿਟ ਦੇ ਅਹੁਦੇ ਵਜੋਂ ਸਹੁੰ ਚੁੱਕਦੇ ਨੇ ਰਵਨੀਤ ਬਿੱਟੂ, ਤਾਂ ਚਾਰੇ ਪਾਸੇ ਚਰਚਾ ਛਿੜ ਜਾਂਦੀ ਹੈ ਕਿ ਹਾਰਨ ਦੇ ਬਾਵਜੂਦ ਵੀ ਕੈਬਨਿਟ ਮੰਤਰੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਮੋਦੀ ਸਰਕਾਰ ਦੇ ਵੱਲੋਂ, ਤਾਂ ਉਧਰ ਹੀ ਦੂਜੇ ਪਾਸੇ ਜਿਹੜੇ ਕਿ ਹੁਣ ਚਰਚਾਵਾਂ ਇਹ ਵੀ ਛਿੜੀਆਂ ਹੋਈਆਂ ਨੇ, ਲੋਕਾਂ ਦੀਆਂ ਨਜ਼ਰਾਂ ਇਸ 'ਤੇ ਵੀ ਟਿਕੀਆਂ ਹੋਈਆਂ ਨੇ ਕਿ ਆਖਿਰਕਾਰ ਕਿਸ ਖੇਤਰ ਤੋਂ ਰਾਜ ਸਭਾ ਦੇ ਲਈ ਭੇਜਿਆ ਜਾਵੇਗਾ ਰਵਨੀਤ ਬਿੱਟੂ ਨੂੰ। ਦੱਸ ਦਈਏ ਕਿ ਰਵਨੀਤ ਬਿੱਟੂ ਜੋ ਕਿ ਲੁਧਿਆਣਾ ਦੇ ਵਿੱਚ ਕਾਂਗਰਸ ਦੇ ਵੱਲੋਂ 2 ਵਾਰ MP ਰਹਿ ਚੁੱਕੇ ਨੇ, ਤਾਂ ਹੁਣ ਕੁਝ ਸਮਾਂ ਪਹਿਲਾਂ ਉਹ ਕਾਂਗਰਸ ਦਾ ਹੱਥ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਿਲ ਹੁੰਦੇ ਨੇ, ਤਾਂ ਬੀਜੇਪੀ ਦੇ ਵੱਲੋਂ ਉਹਨਾਂ ਨੂੰ ਬੀਤੇ ਕੱਲ ਕੈਬਨਿਟ ਮੰਤਰੀ ਦਾ ਮੈਂਬਰ ਬਣਾਇਆ ਗਿਆ, ਕੈਬਨਿਟ ਮੰਤਰੀ ਦੇ ਲਈ ਚੁਣਿਆ ਗਿਆ, ਜਿਨ੍ਹਾਂ ਨੇ ਬੀਤੀ ਸ਼ਾਮ ਉਹਨਾਂ ਨੇ ਸਹੁੰ ਚੁੱਕੀ। ਤਾਂ ਹੁਣ ਚਾਰੇ ਪਾਸੇ ਚਰਚਾ ਛਿੜੀ ਹੋਈ ਹੈ, ਸਵਾਲ ਵੀ ਖੜੇ ਹੋ ਰਹੇ ਨੇ ਕਿ ਕਿਤੇ ਨਾ ਕਿਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਸੀ, ਕਿਉਂਕਿ ਉਹ ਲੰਮੇ ਸਮੇਂ ਤੋਂ ਬੀਜੇਪੀ ਦੇ ਨਾਲ ਹੈ ਪੂਰਾ ਪਰਿਵਾਰ, ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ 2022 ਦੇ ਵਿੱਚ ਹੀ ਬੀਜੇਪੀ ਦੇ ਵਿੱਚ ਚਲੇ ਜਾਂਦੇ ਨੇ, ਪਰ ਹੁਣ ਜਿਹੜੀਆਂ ਕਿ ਨਜ਼ਰਾਂ ਇਹ ਟਿੱਕੀਆਂ ਹੋਈਆਂ ਨੇ ਕਿ ਰਵਨੀਤ ਬਿੱਟੂ ਨੂੰ
ਕਿਸ ਖੇਤਰ ਤੋਂ ਰਾਜ ਸਭਾ ਦੇ ਵਿੱਚ ਭੇਜਿਆ ਜਾਵੇਗਾ। ਤਾਂ ਉੱਥੇ ਦੂਜੇ ਪਾਸੇ ਜੇਕਰ ਦੇਖਿਆ ਜਾਵੇ, ਇਸ ਤੋਂ ਪਹਿਲਾਂ ਵੀ ਬੀਜੇਪੀ ਦੇ ਵੱਲੋਂ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਹਾਰੇ ਹੋਏ ਮੰਤਰੀ ਨੂੰ, ਜਿਵੇਂ ਕਿ ਲੋਕ ਸਭਾ ਚੋਣਾਂ ਹਾਰ ਚੁੱਕੇ ਨੇ ਰਵਨੀਤ ਬਿੱਟੂ, ਤੇ ਇਹਨਾਂ ਨੂੰ ਹੀ ਜੋ ਕਿ ਕੈਬਨਿਟ ਦੇ ਲਈ ਚੁਣਿਆ ਗਿਆ। ਇਸ ਤੋਂ ਪਹਿਲਾਂ ਵੀ ਜਿਵੇਂ ਕਿ ਅਰੁਣ ਜੇਤਲੀ 2014 ਦੇ ਵਿੱਚ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਤੋਂ ਚੋਣ ਹਾਰ ਜਾਂਦੇ ਨੇ ਅਰੁਣ ਜੇਤਲੀ, ਜਿਨ੍ਹਾਂ ਨੂੰ ਵਿੱਤ ਮੰਤਰੀ ਦਾ ਅਹੁਦਾ ਦਿੱਤਾ ਜਾਂਦਾ ਹੈ ਕੈਬਨਿਟ ਦੇ ਵਿੱਚ। ਤਾਂ ਉਸ ਤੋਂ ਬਾਅਦ 2019 ਦੀ ਜੇਕਰ ਗੱਲ ਕਰੀਏ ਤਾਂ ਹਰਦੀਪ ਪੁਰੀ, ਜਿਨ੍ਹਾਂ ਨੂੰ ਕਿ ਸ਼ਹਿਰੀ ਵਿਕਾਸ ਵਰਗੇ ਅਹਿਮ ਮੰਤਰਾਲੇ ਦਿੱਤੇ ਜਾਂਦੇ ਨੇ, 2019 ਦੇ ਵਿੱਚ ਹਰਦੀਪ ਪੁਰੀ ਹਾਰ ਜਾਂਦੇ ਨੇ, ਜਿਨ੍ਹਾਂ ਨੂੰ ਕੈਬਨਿਟ ਦੇ ਵਿੱਚ ਚੁਣਿਆ ਜਾਂਦਾ ਹੈ ਕੇਂਦਰ ਸਰਕਾਰ ਦੇ ਵੱਲੋਂ। ਤਾਂ ਹੁਣ ਰਵਨੀਤ ਬਿੱਟੂ, ਜੋ ਕਿ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਵੀ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ, ਕੈਬਨਿਟ ਮੰਤਰੀ ਦੇ ਵਿੱਚ ਸ਼ਾਮਿਲ ਕੀਤਾ ਗਿਆ। ਤਾਂ ਹੁਣ ਸਭ ਦੀਆਂ ਨਜ਼ਰਾਂ ਇਹ ਵੀ ਟਿਕੀਆਂ ਹੋਏ ਨੇ ਕਿ ਕਿਸ ਵਿਭਾਗ ਦੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ। ਤਾਂ ਉੱਥੇ ਜੇਕਰ ਦੱਸ ਦੇ ਕਿ ਰਵਨੀਤ ਬਿੱਟੂ ਆਖਿਰਕਾਰ ਹੈ ਕੌਣ, ਇਹਨਾਂ ਦਾ ਪਿਛੋਕੜ ਕੀ ਹੈ, ਕਿੱਥੋਂ ਦੇ ਰਹਿਣ ਵਾਲੇ ਨੇ, ਕਿੱਥੋਂ ਇਹਨਾਂ ਦਾ ਜੰਮ ਪਲ ਹੈ ਅਤੇ ਕੀ ਇਹਨਾਂ ਦਾ ਪਰਿਵਾਰ ਦਾ ਪਿਛੋਕੜ ਹੈ, ਇਹ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿ ਆਖਿਰਕਾਰ ਰਵਨੀਤ ਬਿੱਟੂ ਹੈ ਕੌਣ। ਤਾਂ ਤੁਹਾਨੂੰ ਦੱਸ ਦੇ ਕਿ ਰਵਨੀਤ ਬਿੱਟੂ ਦਾ ਜਨਮ 10 ਸਤੰਬਰ 1975 ਨੂੰ ਹੋਇਆ। ਰਵਨੀਤ ਬਿੱਟੂ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਹਨ। ਰਵਨੀਤ ਬਿੱਟੂ ਦੇ ਪਿਤਾ ਸਰਦਾਰ ਸਵਰਨਜੀਤ ਸਿੰਘ ਅਤੇ ਮਾਤਾ ਜਸਵੀਰ ਕੌਰ ਹਨ। ਉਹਨਾਂ ਦੀ ਜਨਮ ਥਾਂ ਪਿੰਡ ਕੋਟਲੀ, ਜ਼ਿਲ੍ਹਾ ਲੁਧਿਆਣਾ ਦਾ ਹੈ। 12ਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਬਿੱਟੂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣ ਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਬਿੱਟੂ ਕਾਂਗਰਸ ਪਾਰਟੀ ਦੇ ਵਿੱਚ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਨੇ। ਰਾਹੁਲ ਗਾਂਧੀ ਦੀ ਪਹਿਲੀ ਕਦਮੀ ਤੇ ਉਹਨਾਂ ਨੂੰ ਸਨ 2009 ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ਮਿਲੀ ਸੀ। ਪਹਿਲੀ ਵਾਰ ਚੋਣ ਲੜ ਰਹੇ ਰਵਨੀਤ ਬਿੱਟੂ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਅਕਾਲੀ ਦਲ ਦੇ ਦਲਜੀਤ ਚੀਮਾ ਨੂੰ 67,204 ਵੋਟਾਂ ਨਾਲ ਹਰਾਇਆ ਅਤੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਅਤੇ ਲੁਧਿਆਣਾ ਦੇ ਵਿੱਚ ਵੀ 2 ਵਾਰ MP ਰਹਿ ਚੁੱਕੇ ਨੇ। ਤਾਂ ਹੁਣ ਉਹ ਬੀਜੇਪੀ ਦੇ ਵਿੱਚ ਚਲੇ ਗਏ ਨੇ, ਤਾਂ ਜਿੱਥੋਂ ਕਿ ਉਹਨਾਂ ਨੂੰ ਬੀਜੇਪੀ ਦੇ ਵਿੱਚ ਕੈਬਨਿਟ ਮੰਤਰੀ ਦੇ ਵਿੱਚ ਸ਼ਾਮਿਲ ਕੀਤਾ ਗਿਆ। ਦੇਖਦੇ ਰਹੋ ਚੜ੍ਹਦੀ ਕਲਾ ਟਾਈਮ TV। ਧੰਨਵਾਦ।